ਬਾਪੂਲਾਲ ਵਛੇ ਵਾਲਾ, ਮਸਤ ਬਾਪੂਲਾਲ ਵਛੇ ਜੀ ਦਰਬਾਰ, ਸਜਾਵਟ ਹੋ ਰਹੀ ਹੈ ਜੀ, ਅੰਦਰੋਂ ਵੀ ਸਜਾਵਟ ਹੋਈ, ਕੱਲ੍ਹ ਤੱਕ ਹੋਜੂਗੀ। ਬਾਕੀ ਇਹ ਹੈਗਾ ਆਪਣਾ ਜੋੜਾ ਘਰ ਨਿਊ ਬਣਾਇਆ ਇਹਨਾਂ ਨੇ ਮਿੱਟੀ ਵਾਲੇ ਨੇ, ਬਾਪੂ ਜੀ ਦੀ ਮਿਹਰ ਨਾਲ ਜੀ। ਬਾਕੀ ਇੱਧਰ ਬਾਥਰੂਮ, ਉੱਧਰਲੇ ਪਾਸੇ ਬਾਥਰੂਮ, ਦੁਆਰ ਆ ਦੂਜੇ ਪਾਸੇ, ਉੱਧਰ ਲੱਗੇ ਆ ਭੰਗੂੜੇ, ਉਹਨਾਂ ਨੇ ਅੱਜ ਹੀ ਸ਼ੁਰੂ ਕਰਤਾ ਹੈ। ਉਹ ਪੈਸੇ ਪੂਸੇ ਕਮਾਉਣ 'ਚ ਪਹਿਲੇ ਸ਼ੁਰੂ ਕਰਤਾ। ਬਾਕੀ ਆ ਸਜਾਵਟ ਹੋ ਰਹੀ ਆ ਹੌਲੀ ਹੌਲੀ। ਹਾਂਜੀ ਹਾਂਜੀ, ਜੈ ਮਸਤਾ ਜੀ, ਪ੍ਰੀਤ ਕੌਰ, ਹੈਲੋ, ਮੇਲਾ ਕੱਲ੍ਹ ਨਹੀਂ, ਮੇਲਾ ਜੀ ਕੱਲ੍ਹ ਮਹਿੰਦੀ ਦੀ ਰਸਮ ਆ ਜੀ, ਕੱਲ੍ਹ ਹੈਗੀ ਮਹਿੰਦੀ ਦੀ ਰਸਮ, ਕੱਲ੍ਹ ਹੈਗੀ ਮਹਿੰਦੀ ਦੀ ਰਸਮ, ਅਤੇ ਜਿੱਦਾਂ ਪਰਸੋਂ ਹੈਗਾ ਵਾ, ਪਰਸੋਂ ਸਟਾਰਟ ਆ ਜੀ, ਪਰਸੋਂ ਝੰਡਾ ਆ, ਪਰਸੋਂ ਝੰਡਾ ਅਤੇ ਕੱਲ੍ਹ ਮਹਿੰਦੀ ਦੀ ਰਸਮ ਆ, ਫਿਰ ਬਾਅਦ 'ਚ ਮੇਲਾ ਹੈ। ਕਿੱਧਰ ਲੋ ਜੀ, ਇਹ ਲਿਆਂਦੇ ਜੀ ਇੱਥੇ ਦੇ ਸੇਵਾਦਾਰ, ਖਾਣ ਲਈ ਮੈਨੂੰ ਵੀ ਦਿੱਤਾ ਇੱਕ, ਥੈਂਕ ਯੂ। ਹਾਂਜੀ ਬਾਬਾ, ਬਾਬਾ ਡੈਡੀ ਫੋਨ ਕਰ ਮਾੜੇ, ਕਿੱਥੇ ਪੁੱਛ ਲਾ, ਟਾਵਰ ਲੱਗ ਗਿਆ, ਰਹਿਣ ਦੇ, ਮੇਰਾ ਫੋਨ ਹੀ ਬੰਦ ਹੋ ਗਿਆ, ਹੁਣ ਚੱਲਦੇ ਬਣਾ ਲਾ ਮੇਰਾ ਭਰਾ ਫੜਾ ਲੈਣ ਦਾ, ਮੈਂ ਤੂੰ ਫਿਲਮ ਬਣਾ ਲਾ, ਮੈਂ ਮਿੰਟਾਂ ਤੰਗ ਨਾ ਹੋ, ਮੇਰਾ ਭਰਾ ਵੀ ਦਿੱਕਤ ਆਉਂਦੀ ਮੈਂ, ਦਿੱਕਤ ਮੈਨੂੰ ਭੁੱਖ ਬਹੁਤ ਲੱਗੀ ਆ, ਲੰਗਰ ਖਾਈ ਆਇਆ, ਮਾੜੇ ਖਾ ਲੈਂਦੇ। ਇਹ ਜੀ ਬੰਦਾ ਆਪਣਾ ਹੈਗਾ, ਆਪਣਾ ਮੇਨ ਬੰਦਾ ਫੋਟੋਗ੍ਰਾਫਰ ਵੀਡੀਓਗ੍ਰਾਫਰ ਹੈ, ਸਾਰਾ ਇਹੀ ਕਰਦੇ ਆ, ਮੈਨੇਜਮੈਂਟ ਮੇਰੇ ਕੋਲ ਹੈ ਸਾਰੀ ਭਾਜੀ, ਇਹ ਸਾਰਾ ਲਾਈਵ ਆਪਣਾ ਮਿਕਸਰ ਦਾ ਕੰਮ ਸਾਰਾ ਕੁਝ ਇਹਨਾਂ ਨੂੰ ਪਤਾ ਵਾ, ਕਰਦੇ ਭਾਜੀ ਆ, ਦੱਸਦੇ ਆਏ, ਮੈਨੇਜਮੈਂਟ ਮੈਂ ਕਰਦੇ ਸਾਰੇ, ਮੈਨੂੰ ਇਹ ਸਾਰਾ ਸਮਾਨ, ਜੇ ਕੋਈ ਪ੍ਰੋਬਲਮ ਪੈ ਜਾਂਦੀ ਹੈ ਸਲੂਸ਼ਨ ਇਹ ਕੱਢਦੇ ਆ। ਯੈਸ, ਬਟ ਬਹੁਤ ਮਜ਼ਾ ਆ ਰਿਹਾ। ਹਾਂ, ਬਾਕੀ ਦਰਬਾਰ ਸ਼ਾਹੀ ਆ, ਕਿਹੜੇ ਲਾਈਕ ਆਉਂਦੇ ਬੰਦੇ, ਤੁਹਾਨੂੰ ਹੀ ਲਾਇਕ ਆਣੇ ਭਾਜੀ। ਤੇ ਹੁਣ ਸਾਡੀ ਸਲਾਹ ਆ, ਸਾਡੀ ਸਲਾਹ ਆ, ਤੇ ਸਾਡੀ ਸਲਾਹ ਹੈਗੀ ਆ ਕਿ ਲੰਗਰ ਖਾਣ ਦੀ, ਭੁੱਖ ਬਹੁਤ ਲੱਗੀ ਆ, ਮੇਰਾ ਭਰਾ ਲਾਈਵ ਬੰਦ ਨਾ ਕਰੇ, ਲਾਈਵ ਲੰਗਰ ਖਾਂਦੇ ਵੀ ਦਿਖਾਵਾਂਗੇ ਤੁਹਾਨੂੰ, ਬੰਦੇ ਕਿੱਦਾਂ ਖਾਣੇ, ਜੇ ਪੀ ਸਟੂਡੀਓ ਵਾਲੇ। ਅਸਲਾ ਆਪੇ ਪ੍ਰੀਤ ਕੌਰ, ਬਹੁਤ ਵਧੀਆ ਜੀ, ਥੈਂਕ ਯੂ ਜੀ, ਮੋਟਾ ਬਾਈ, ਮੋਟਾ ਬਾਈ ਪ੍ਰੀਤ ਕੌਰ, ਪ੍ਰੀਤ ਕੌਰ, ਉਹ ਆਹੋ, ਨਹੀਂ ਜੀ ਏਦਾਂ ਨੀ ਕਹੀਦਾ, ਆਪਣਾ ਸਾਰਾ ਕੰਮ ਇਹੀ ਸਾਂਭਦਾ ਜੀ। ਇਹ ਸ਼ਾਨ ਸਾਹਿਬ ਭਾਜੀ ਕਿੱਦਾਂ ਜੀ, ਹੋਰ ਜੀ ਕਿੱਦਾਂ, ਇਨਸਾਨ ਸਾਹਿਬ ਸਾਡਾ ਇਹ ਦਰਬਾਰ ਦਾ, ਇੱਥੇ ਬਾਪੂ ਲਾਲ ਬਾਸੂ ਜੀ ਦੇ, ਔਰ ਤੁਸੀਂ ਦੇਖ ਰਹੇ ਸਾਹਮਣੇ ਆਰਾਮ ਘਰ ਦੇ ਵਿੱਚ ਕਿੰਨੀ ਸੋਹਣੀ ਲਾਈਟ ਲੱਗੀ ਹੋਈ ਹੈ, ਅਤੇ ਜਿਸਦਾ ਆਨੰਦ ਮਾਣਨ ਵਾਸਤੇ ਬਹੁਤ ਸੰਗਤ ਆਈ ਹੋਈ ਆ, ਉਹ ਔਰ ਬਹੁਤ ਸੋਹਣੀ ਪਾਰਕ ਵੀ ਆ,
ਇਸ ਨੂੰ ਐਲਿਸ ਲਾਈਟ ਵੱਲੋਂ ਸਜਾਇਆ ਜਾ ਰਿਹਾ ਆ। ਹਾਂ ਆਹ ਦੇਖੋ ਬੰਦਾ, ਇਹ ਵੀ ਸਾਡਾ ਮੇਨ ਬੰਦਾ ਐਲਿਸ ਲਾਈਟ ਵੱਲੋਂ, ਸਾਰੇ ਮੇਨ ਬੰਦੇ ਬੈਠੇ ਹੋਏ ਆ ਐਲਿਸ ਲਾਈਟ ਵੱਲੋਂ। ਆਹ ਥਾਪਰ ਸਾਹਿਬ ਆ ਗਏ, ਥਾਪਰ ਸਾਹਿਬ ਚਾਹ ਦੀ ਲੰਬ ਕੱਢੀ ਜਾਂਦੇ ਵਿਹਲੇ, ਕੋਈ ਕੰਮ ਨਹੀਂ ਇਹਨਾਂ ਨੂੰ, ਬਾਬਾ ਜੀ ਨੂੰ ਲਾਈ ਕਰ ਲੋ। ਆਹ ਵੀ ਆਪਣੇ ਬੰਦਾ ਐਲਿਸ ਲਾਈਟ ਵੱਲੋਂ ਆ, ਕੀਤੀ ਹੋਈ ਆ ਸਾਰਿਆਂ ਦੀ, ਇਹਨਾਂ ਦੀ ਮਿਹਨਤ ਬਹੁਤ ਆ। ਆਹ ਸਾਡੇ ਮਾਲੜੀ ਤੋਂ ਭਾਜੀ ਹੰਸਰਾਏ ਨੇ, ਆਹ ਮੇਰੇ ਵਰਗੇ ਹੀ ਆ ਭਾਜੀ। ਆਹ ਨਾ ਇਹਦਾ ਸੂਟ ਜਿਹਾ ਭਰੇ ਆਉਂਦਾ ਹਨੇਰੇ ਜੀ ਆ। ਹਾਂਜੀ ਇੱਧਰ ਤੁਸੀਂ ਦੇਖ ਰਹੇ ਹੋ ਬਾਪੂ ਜੀ ਦਾ ਆਰਾਮ ਘਰ, ਕਿਉਂਕਿ ਬਹੁਤ ਸੋਹਣਾ ਸਜਾਇਆ ਹੋਇਆ ਆ। ਜੰਨਤ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਆ, ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦਾ ਆਰਾਮ ਘਰ। ਹਾਂਜੀ ਬਹੁਤ ਮਜ਼ਾ ਆ ਰਿਹਾ ਸਾਨੂੰ, ਅਸੀਂ ਭਾਗਾ ਵਾਲੇ ਹਾਂ ਜੋ ਨਕੋਦਰ ਸ਼ਹਿਰ ਦੇ ਰਹਿਣ ਵਾਲੇ ਹਾਂ। ਆਰਾਮ ਘਰ ਬਾਪੂ ਜੀ ਦਾ, ਇਹ ਅੰਦਰ ਆਉਣ ਵਾਸਤੇ ਗੇਟ ਬਣਿਆ ਹੋਇਆ, ਔਰ ਤੁਹਾਨੂੰ ਬਾਬਾ ਜੀ ਦਾ ਆਸਣ ਦਿਖਾਇਆ ਜਾਊਗਾ, ਆਰਾਮ ਘਰ ਜਿੱਥੇ ਬਾਪੂ ਜੀ ਆਰਾਮ ਕਰਦੇ ਹੁੰਦੇ ਸੀ। ਜੰਨਤ, ਜੰਨਤ ਦਾ ਜੰਨਤ ਦਾ ਨਜ਼ਾਰਾ ਦੇਖ ਸਕਦੇ ਹੋ ਤੁਸੀਂ, ਬਾਪੂ ਜੀ ਦਾ ਦਰਬਾਰ। ਬਾਪੂ ਜੀ ਦੇ ਆਸਣ ਲੱਗੇ ਹੋਏ ਆਰਾਮ ਵਾਸਤੇ। ਜੈ ਮਸਤਾ, ਆਪ ਸਭ ਨੂੰ ਧੰਨਵਾਦ। ਇਹ ਸਾਡਾ ਜੇ ਪੀ ਸਾਹਿਬ ਜੀ ਦਾ ਛੋਟਾ ਲੜਕਾ, ਇਹਨਾਂ ਨੇ ਜੋ ਕਿ ਪੇਜ ਇਹ ਚਲਾਇਆ ਹੋਇਆ ਵਾ, ਔਰ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦਾ ਦਰਬਾਰ, ਮਿਹਨਤ ਲਾ ਕੇ ਜੋ ਬਾਪੂ ਜੀ ਦਾ ਦਰਬਾਰ ਦਾ ਦ੍ਰਿਸ਼ ਬਣਾਇਆ ਹੋਇਆ, ਤੁਸੀਂ ਘਰ ਬੈਠੇ ਦੇਖ ਸਕਦੇ ਆ। ਇਸ ਦਰਬਾਰ ਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਕੀਤੀ ਹੋਈ ਹੈ। ਨਕੋਦਰ ਦਾ ਹੀ ਮੁੰਡਾ ਹੈ ਇਹ, ਜਲੰਧਰ ਤੋਂ ਆਪਣਾ ਦਰਸ਼ਨ। ਨਕੋਦਰ ਦਾ ਮੁੰਡਾ ਹੈ, ਨਕੋਦਰ ਦਾ, ਆਹ ਜਲੰਧਰ ਦਾ ਆ, ਨਹੀਂ ਇਹ ਨਕੋਦਰ ਦਾ ਹੈ, ਇਹ ਜਲੰਧਰ ਦਾ, ਇਹ ਜਲੰਧਰ ਦਾ ਅਨਕੋਦਰ ਦਾ। ਹਾਂਜੀ ਨਹੀਂ ਇਹ ਨਕੋਦਰ ਦਾ ਯਾਰ, ਪਾੜ ਥੱਲੇ ਕੀ ਲਿਖਿਆ ਯਾਰ। ਆ ਬਾਪੂ ਜੀ ਦੀ ਸਵਾਰੀ ਆ, ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਬੱਚੇ ਆਨੰਦ ਮਾਣ ਰਹੇ ਆ। ਆ ਗਈ ਬੱਚੇ ਮਜ਼ਾ ਕਰ ਰਹੇ ਆ ਦਰਬਾਰ ਦੇ ਵਿੱਚ ਆ ਕੇ, ਔਰ ਤੁਸੀਂ ਦੇਖ ਸਕਦੇ ਹੋ ਸਾਈਂ ਲਾਡੀ ਸਰਕਾਰ ਜੀ ਦੀ ਇਹ ਪੇਂਟਿੰਗ ਜਿਹੜੀ ਆ ਬਣਾਈ ਹੋਈ ਹੈ। ਪੰਜ ਜਾਣੇ ਆ ਗਏ ਇੱਦਾਂ ਕਰੀ ਲਾਏ, ਬਾਪੂ ਲਾਲ ਬਾਦਸ਼ਾਹ ਜੀ, ਬਾਪੂ ਲਾਲ ਬਾਦਸ਼ਾਹ ਜੀ, ਲਾਡੀ ਸਾਈਂ ਜੀ। ਬਾਬਾ ਚਿੰਤਾ ਭਗਤ ਜੀ, ਭਗਵਾਨ ਜੀ ਫਲੋਰ ਵਾਲੇ, ਸਾਡੇ ਨਕੋਦਰ ਦੀ ਮਹਾਨ ਹਸਤੀ ਬਾਪੂ ਲਾਲ ਬਾਦਸ਼ਾਹ ਜੀ, ਜਿਨ੍ਹਾਂ ਦਾ ਕਰਕੇ ਨਕੋਦਰ ਦਾ ਨਾਮ ਆ। ਬਾਪੂ ਲਾਲ ਬਾਦਸ਼ਾਹ ਜੀ ਸ਼ੰਕਰ ਵਾਲੇ
ਮਸਤ ਬਾਬਾ ਸ਼ਿਵਗਿਰੀ ਜੀ ਸਜਾਵਟ ਹੋ ਰਹੀ ਆ ਥੋੜ੍ਹੀ ਹੋਰ ਹੋਣੀ ਪਰ ਤੁਸੀਂ ਇੰਨੀ ਕੁ ਸਜਾਵਟ ਦੇਖ ਕੇ ਹੀ ਖੁਸ਼ ਹੋਵੋਗੇ ਬਹੁਤ ਜ਼ਿਆਦਾ ਕਿ ਜੰਨਤ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਬਾਪੂ ਜੀ ਦਾ ਦਰਬਾਰ ਆਲੀਸ਼ਾਨ ਦਰਬਾਰ ਜੋ ਕਿ ਜੰਨਤ ਪੂਰੀ ਜੰਨਤ ਆ ਆਪ ਸਭ 18-19-20 ਜੁਲਾਈ ਨੂੰ ਮੇਲੇ ਵਿੱਚ ਪਹੁੰਚ ਕੇ ਮੇਲੇ ਦਾ ਆਨੰਦ ਮਾਣ ਸਕਦੇ ਹੋ। ਇਹ ਜੀ ਆਪਣਾ ਇਹ ਲੰਗਰ ਘਰ ਆ ਜੀ ਔਰ ਤੁਸੀਂ ਇਸ ਮੇਲੇ ਨੂੰ ਯੂਟਿਊਬ 'ਤੇ ਦੇਖ ਸਕਦੇ ਹੋ ਬਾਪੂ ਲਾਲ ਬਾਦਸ਼ਾਹ ਜੀ ਖੋਲ੍ਹ ਕੇ ਔਰ ਸਾਡੇ ਬਲਰਾਜ ਭਾਅ ਜੀ ਲੰਗਰ ਚੱਲ ਰਿਹਾ ਵਾ ਬਾਪੂ ਜੀ ਦਾ ਦਰਬਾਰ 'ਤੇ ਸਾਊਂਡ ਵਾਲੇ ਵੀਰਾਂ ਵੱਲੋਂ ਸਾਊਂਡ ਦੀ ਤਿਆਰੀ ਜੋ ਕਿ ਸਟੇਜ 'ਤੇ ਹੋ ਰਹੀ ਆ ਇੱਥੇ ਮੇਲਾ ਆ ਜਾਊਗਾ ਸਾਰਾ ਔਰ ਸਾਡੀ ਦੇਵੀ ਛੁੱਟੀਆਂ ਦੇ ਮੁੰਡੇ ਨੂੰ ਭੁੱਖ ਲੱਗੀ ਹੈ ਸਾਰਾ ਦਿਖਾਉਣਾ ਦਰਬਾਰ ਦਾ ਸਾਰਾ ਯੂਟਿਊਬ 'ਤੇ ਪਾਉਣਾ ਰਿਪੀਟ ਦੇਖਣਾ ਹੋਵੇ ਤਾਂ ਯੂਟਿਊਬ ਇਸ ਵੀਡੀਓ ਨੂੰ ਜੇਕਰ ਤੁਸੀਂ ਰਿਪੀਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਵੱਲ ਨਗਰ ਯੂਟਿਊਬ 'ਤੇ ਸਰਚ ਕਰੋ JP ਸਟੂਡੀਓ ਨਕੋਦਰ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਦੁਬਾਰਾ ਯੂਟਿਊਬ 'ਤੇ ਔਰ ਤੁਹਾਨੂੰ ਰਸੋਈ ਘਰ ਵਿੱਚ ਲੈ ਕੇ ਚੱਲਦੇ ਹਾਂ ਦੇਖ ਸਕਦੇ ਹੋ ਤੁਸੀਂ ਉੱਥੇ ਸੇਵਾਦਾਰ ਕਿੰਨੀ ਮਿਹਨਤ ਨਾਲ ਲੰਗਰ ਬਣਾ ਰਹੇ ਆ ਇੱਧਰਲੇ ਪਾਸੇ ਨਹੀਂ ਉੱਧਰਲੇ ਪਾਸੇ ਇੱਧਰ ਸਾਡੇ ਹਲੇ ਪੇਂਟਰ ਭਾਈ ਸਾਹਿਬ ਲੱਗੇ ਹੋਏ ਆ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਉਣ ਸਾਡਾ ਲੰਗਰ ਹਾਲ ਇਸ ਵਿੱਚ ਲੰਗਰ ਬਣਦਾ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਪੇਂਟਿੰਗ ਦਾ ਨਜ਼ਾਰਾ ਦੇਖੋ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾ ਰਹੇ ਨੇ ਸਾਡੇ ਪੇਂਟਰ ਸਾਹਿਬ
ਦੇਖਣ ਯੋਗ ਨਜ਼ਾਰਾ। ਮੈਂ ਤੇਰੇ ਸਾਹਮਣੇ ਬਿਠਾ ਕੇ ਤਸਵੀਰ ਬਣਾਵਾਂ, ਜੀ ਕਰਦਾ ਮੇਰਾ ਤੈਨੂੰ ਦੇਖੀ ਜਾਵਾਂ। ਬਾਪੂ ਘੋੜੇ ਦਾ ਹਾਣੀ ਮਾੜੇ ਪਾ ਨਹੀਂ, ਬਸ ਹੁਣ ਬਸ ਸਾਰਾ ਦਿਖਾਉਣਾ ਨਹੀਂ ਹੁਣ, ਬਸ ਥੋੜੇ ਥੋੜੇ ਪਾਈ ਦੇਣੀ, ਜ਼ਿਆਦਾ ਥੋੜੀ ਪਾਈ, ਇੱਕੋ ਵਾਰੀ ਪਾਣੀ ਮਿਲਿਓ ਬਾਰ ਬਾਰ, ਸਾਰਾ ਬੀਟ ਜੂੜ ਵਿੱਚ ਪਾ ਜਾਣੀ ਯਾਰ, ਤੂੰ ਮੈਨੂੰ ਤੋਰ ਤੋਰ ਉੱਦਾਂ ਮੇਰਾ ਸਾਹ ਖਤਮ ਕਰ ਦੇਣਾ। ਪਾਣੀ ਦੀ ਸੇਵਾ, ਪਰ ਪਾਣੀ ਹੁਣ ਨਹੀਂ ਪੀਣਾ ਹੈਗਾ, ਟੇਸਟੀਆਂ ਖਾਧੀਆਂ ਬਹੁਤ ਵਧੀਆ। ਆਹ ਵਾਲੇ ਚੈਨਲ 'ਤੇ ਚੱਲਣਾ ਵਾ, ਔਰ ਸਾਡੇ ਦਰਬਾਰ ਦਾ ਇਸ ਦਰਬਾਰ ਦਾ ਜੋ ਚੈਨਲ ਹੈ ਬਾਪੂ ਲਾਲ ਬਾਦਸ਼ਾਹ ਜੀ, ਫੋਨ ਨਾ ਕਰੋ ਜੀ, ਵਿੱਚ ਫੋਨ ਨਾ ਕਰੋ ਜੀ, ਆ ਦੇਖ ਲਓ ਜੀ ਘੋੜਿਆਂ ਦੀ ਸੇਵਾ ਲੱਗੀ ਇੱਧਰ 50-50 ਰੁਪਏ ਕੰਮ ਛੱਡਦੇ ਆ, ਇੱਧਰ ਆ ਜਾ ਜੀ, ਕਿੱਦਾਂ ਜੀ ਹੋਰ ਕਿੱਦਾਂ, ਕਰੋ ਕਮੈਂਟ, ਕਮੈਂਟਰੀ ਕਰੋ। ਔਰ ਤੁਸੀਂ ਦੇਖ ਰਹੇ ਹੋ ਕਿ ਦਰਬਾਰ 'ਤੇ ਜੋ ਲੱਗੇ ਹੋਏ ਭੰਗੂੜੇ ਕਿਵੇਂ ਜਗਮਗਾ ਰਹੇ ਨੇ, ਜੋ ਮੇਲੇ ਦੀ ਰੌਣਕ ਨੂੰ ਵਧਾਉਣ ਵਾਲੀਆਂ ਚੀਜ਼ਾਂ ਜੋ ਕਿ ਲੱਗੀਆਂ ਹੋਈਆਂ ਨੇ। ਵੱਡਾ ਭੰਗੂੜਾ ਲੱਗਾ ਆ, ਆਹ ਬੰਦ ਕੀਤੀ ਹੋਈ ਆ, ਇਹਨੂੰ ਕਹਿੰਦੇ ਆ ਬ੍ਰੇਕ ਡਾਂਸ। ਦੁਕਾਨਾਂ ਲੱਗ ਚੁੱਕੀਆਂ ਆ, ਦੁਕਾਨਾਂ ਦੇਖ ਸਕਦੇ ਹੋ, ਵੱਡੇ ਭੰਗੂੜੇ ਦੇ ਝੂੜੇ ਲੈ ਸਕਦੇ ਹੋ, ਜਿਸ ਦੀ 50 ਰੁਪਏ ਟਿਕਟ ਆ। ਯਾਨੀ ਕਿ ਇਸ ਮੇਲੇ ਵਿੱਚ ਤੁਸੀਂ ਪੂਰਾ ਇੰਜੋਏ ਕਰ ਸਕਦੇ ਹੋ ਤੇ ਮੇਲੇ ਨੂੰ ਦੇਖ ਵੀ ਸਕਦੇ ਹੋ। ਬੰਦ ਬੰਦ ਕਰਦਾ, ਬਸ ਬੰਦ ਕਰਦਾ, ਰਹਿੰਦੇ ਹੈ ਕਿੱਥੇ ਕੱਢ ਗਏ, ਨਾ ਨਾ ਠੀਕ ਹੈ ਰਹਿੰਦੇ। ਨਹੀਂ ਨਹੀਂ ਭਾਅ ਜੀ, ਸਾਨੂੰ ਪਤਾ ਕਿੱਥੋਂ ਕਿੱਥੇ ਦਾ ਫੋਟੋਗ੍ਰਾਫਰ ਆ, ਹੀ ਕਿਹੜਾ ਫੋਨ ਨਾ ਬਣਾਉਣ ਵਾਲੇ ਥੋੜ੍ਹੀ, ਪਤਾ ਕਿੱਥੋਂ ਕੀ ਬਣਦਾ, ਟੈਨਸ਼ਨ ਨਹੀਂ ਲੈ। ਔਰ ਸਭ ਤੋਂ ਵੱਡੀ ਜਿਹੜੀ ਗੱਡੀ ਆ ਆਹੀ ਆ ਮੇਲੇ ਵਿੱਚ ਸਭ ਤੋਂ ਵੱਡੀ ਗੱਡੀ, ਅੱਛਾ ਫੋਰਚੂਨਰ ਆ, ਅਤੇ ਨਾਲ ਅੰਡੈਵਰ ਵੀ ਆ ਦੇਖੋ, ਨਾਲ ਲੈਂਬਰਗਿਨੀ, ਲੈਂਬਰਗਿਨੀ ਆ ਨੀਲੇ ਵਾਲੀ। ਉੱਧਰ ਵੱਡੀ ਗੱਡੀ ਆ, ਜਹਾਜ਼ ਵੀ ਆਏ ਹੋਏ ਬਾਠਾਂ ਵਾਲੇ, ਉਹ ਲੱਗੇ ਹੋਏ ਇੱਧਰ ਸਾਡੇ, ਇੱਥੇ ਬਾਠਾਂ ਵਾਲਾ ਜਹਾਜ਼ ਖੜ੍ਹਾ ਆ, ਉੱਤਰ ਕੇ ਉਹ ਉਦੋਂ ਹੀ ਚੱਲੂਗਾ ਜਦੋਂ ਕੋਈ ਸਵਾਰੀ ਆਊਗੀ। ਇਹ ਹੈਗਾ ਜੀ, ਇੱਧਰ ਵੀ ਦਿਖਾਓ, ਇਹ ਜੀ ਪਤਾ ਨਹੀਂ ਕਿਹੜਾ ਭੰਗੂੜਾ ਪਰ ਵਧੀਆ, ਆਹ ਜੀ ਜਹਾਜ਼ ਬਾਠਾਂ ਵਾਲਾ, ਲੈਟ ਚੱਲਗੀ ਜੀ, ਉਹ ਕਹਿੰਦੇ ਲੈਟ ਤੋਂ ਬਗੈਰ ਨਹੀਂ ਚੱਲਣਾ। ਦਰਸ਼ਨੀ ਨਜ਼ਾਰਾ, ਓਹੋ ਬੰਦ ਹੀ ਕਰਤਾ ਜੀ, ਹੁਣ ਟਾਈਮ ਸਮਾਪਤ, ਕਲੋਜ਼ਿੰਗ ਹੋ ਗਈ ਹੈ ਜੀ।
ਪੰਗੂੜੇ ਦੀ ਕਲੋਜ਼ਿੰਗ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸਤਾਂ ਦੀ, ਜੈ ਅਲਮਸਤਾਂ ਦੀ, ਅਲਮਸਤ ਬਾਪੂ ਲਾਲ ਪਾਤਸ਼ਾਹ ਜੀ ਦੀ ਸੇਵ ਕਰਨ ਕੱਟ ਗਿਆ। ਚਲੋ ਜੀ, ਜੈ ਮਸਤਾਂ ਦੀ।